ਕੋਦੂਮੇ ਦੇ ਧੋਲੇ ਗੋਲਦੂਏ ਦੇ ਪੋਤਰੇ ਪੋਤਾ ਸਿਧਾਓ ਮੈਂ ਵੀ ਚੱਕਾ ਦਾ ਪੋਤਿਆ ਭੁੱਲਣਾ ਦਾ ਵੱਡੀ ਸਰਿਆਲੀ ਵਾਲਿਆਂ ਦਾ ਲਾਲ ਜੀ ਭੁੱਲਣ ਵੀ ਲਾਹੌਰੀਆ ਜਾਟਿਆ ਤੇਰੇ ਵਾਂਗੂ ਮੈਂ ਕੋਈ ਗੁੱਲੀ ਘਰ ਸੁਨਿਆਰਾ ਨੀ ਇਹਨੂੰ ਕਿਰਨ ਦਰਗੇ ਨੂੰ ਇੱਥੇ ਲੋਕ ਕਹਿੰਦੇ ਗੁੱਲੀ ਘਰ ਸੁਨਿਆਰਾ ਆਂਦੇ ਗਰੀ ਤੂੰ ਬੜੀਆਂ ਵਧੀਕੀਆਂ ਕੀਤੀਆਂ ਬੜੀਆਂ ਗੱਲਾਂ ਕੀਤੀਆਂ ਆ ਜੱਟ ਤੈਨੂੰ ਲੜਕਾਦਾ ਜਿੱਥੇ ਵੇਖਣਾ ਉਹ ਵੇਖ ਲਈ ਹੁਣ ਸਮਾਂ ਆ ਗਿਆ ਹੈ ਹੁਣ ਦੀ ਤਾਕਤ ਦੇ ਨਾਲ ਇੱਕ ਦਿਨ ਜਦੋਂ ਰੱਖਣਾ ਇਹਨਾਂ ਸਾਥੀਆਂ ਸਾਰਿਆਂ ਨੂੰ ਬੇਨਤੀ ਆ ਵੀ ਪੁਤਲਾ ਦਾ ਸਾਹਮਣੇ ਪਿਆ ਵਾ ਜੁੱਤੀਆਂ ਫੇਰਨੀਆਂ ਉਹਨੂੰ ਤੇ ਸਾਰੇ ਥੋੜੀ ਸੈਡ ਖਾਲੀ ਕਰ ਦਿਓ ਮੇਰੇ ਵੀਰ ਆ ਜਿਹੜੇ ਸਾਰੇ ਸਾਥੀ ਮਗਲੇ ਭਾਈ ਝਗੜੇ ਦੇ ਪਿਛਲੇ ਪਾਸਿਆਂ ਤੇ ਸਾਡੇ ਵਾਸਤੇ ਵੱਡੀ ਲੱਖ ਲਾਂਤ ਹੋਏਗੀ ਮੈਂ ਸਾਰੇ ਸਾਥੀਆਂ ਨੂੰ ਵੱਡੀ ਗਿਣਤੀ ਵਿੱਚ ਸਵਰਨ ਕਰ ਰਹਿੰਦੇ ਨੇ ਵੱਡੀ ਗਿਣਤੀ ਵਿੱਚ ਜਿੱਥੇ ਰਾਮਗੜੀਆ ਬਰਾਦਰੀ ਬੈਠੀ ਆ ਵੱਡੀ ਗਿਣਤੀ ਵਿੱਚ ਸਿੰਬੇ ਭਰਾ ਸਾਡੇ ਸਾਰੀਆਂ ਬਰਾਦਰੀਆਂ ਬੈਠੀਆਂ ਨੇ ਜਿਹੜੇ 52% ਬਹੁਜਨ ਨੇ ਅਸੀਂ ਲੋਕ ਅਸੀਂ ਜੇ ਸਰਕਾਰਾਂ ਬਣਾ ਸਕਦੇ ਹਾਂ ਤੇ ਸਰਕਾਰਾਂ ਤੋੜ ਵੀ ਸਕਦੇ ਹਾਂ ਲਾਲ ਜੀ ਦੇ ਭੁੱਲਰ ਪਰ ਗੱਲਾਂ ਤੇ ਅਮਲ ਕਰਨਾ ਵਧੀਆ ਤਰੀਕੇ ਨਾਲ ਕੋਈ ਆਪਣੀ ਗੱਲ ਰੱਖਣੀ ਲੋਕਾਂ ਦੇ ਵਿੱਚ ਉਹ ਇਸ ਮੰਤਰੀ ਦੇ ਹਿੱਸੇ ਨਹੀਂ ਆਈ ਉਹ ਜਿੱਡਾ ਵੱਡਾ ਉੱਥੇ 5-700 ਬੰਦੇ ਦਾ ਹਜ਼ਾਰ ਦਾ ਇਕੱਠ ਸੀ ਜਿਹਦੇ ਵਾਸਤੇ ਉਹ ਇਕੱਠ ਬੁਲਾਇਆ ਗਿਆ ਸੀ ਕਿ ਆਪ ਉਮੀਦਵਾਰ ਸੀ ਪਾਰਲੀਮੈਂਟ ਦਾ ਵਰਕਰਾਂ ਦਾ ਇਕੱਠ ਬੁਲਾਇਆ ਗਿਆ ਕਿ ਉੱਥੇ ਵਰਕਰਾਂ ਨੂੰ ਇਹ ਗੱਲ ਦੱਸਦਾ ਕਿ ਆਪਾਂ 2 ਸਾਲਾਂ ਵਿੱਚ ਆਹ ਡਿਵੈਲਪਮੈਂਟ ਕੀਤੀ ਆ ਆਹ ਮਸਲੇ ਆਪਾਂ ਉਠਾਏ ਆ ਇੰਨੀ ਡਿਵੈਲਪਮੈਂਟ ਆਪਾਂ ਕੀਤੀ ਆ ਔਰ ਅਗਾਂਹ ਆਪਾਂ ਆਹ ਡਿਵੈਲਪਮੈਂਟ ਕਰਨੀ ਆ ਔਰ ਤੁਸੀਂ ਜਾ ਕੇ ਅਗਾਂਹ ਲੋਕਾਂ ਨੂੰ ਪਿੰਡਾਂ ਵਿੱਚ ਦੱਸੋ ਕਿ ਸਾਡੀ ਸਰਕਾਰ ਨੇ ਆਹ ਕੁਝ ਕੀਤਾ ਪਰ ਮੈਂ ਸਮਝਦਾ ਕਿ ਮੰਤਰੀ ਜਿਹੜੀ ਆ ਆਪਣੀ ਮਰਿਆਦਾ ਹੀ ਭੁੱਲ ਗਿਆ ਉਹ ਭਾਸ਼ਾ ਦਾ ਜੋ ਉਹਨੇ ਭਾਸ਼ਾ ਬੋਲੀ ਹੈ ਉਹ ਮਰਿਆਦਾ ਹੀ ਭੁੱਲ ਗਿਆ ਕਿ ਮੈਂ ਕਹਿਣਾ ਕੀ ਸੀ ਅਤੇ ਮੈਂ ਕਹਿ ਕੀ ਦਿੱਤਾ ਪਰ ਜਦੋਂ ਮੈਂ ਸਮਝਦਾ ਕਿ ਹੰਕਾਰ ਸੀਰਕਰ ਬੋਲੇ ਤਾਕਤ ਦਾ ਨਸ਼ਾ ਹੋਵੇ ਕਦੀ MC ਵੀ ਨਾ ਬਣਿਆ ਹੋਵੇ ਤਾਂ ਸਿੱਧਾ ਹੀ MLA ਦੇ ਮੰਤਰੀ ਬਣ ਜੇ ਭਾਂਡਾ ਛੋਟਾ ਸੀ ਭਰ ਗਿਆ ਜ਼ਿਆਦਾ ਪਰ ਮੈਂ ਸਮਝਦਾ ਕਿ ਮਰਿਆਦਾ ਭੁੱਲ ਗਿਆ ਕਿਉਂਕਿ ਅਸੀਂ ਵੀ ਇਲੈਕਸ਼ਨਾਂ ਲੜਦੇ ਰਹੇ 6-7 ਇਲੈਕਸ਼ਨਾਂ ਲੜੀਆਂ ਬੜੀਆਂ ਵੱਡੀਆਂ ਸਟੇਜਾਂ ਸਾਂਭੀਆਂ ਕੋਈ ਮਰਿਆਦਾ ਹੁੰਦੀ ਹੈ ਸਟੇਜ 'ਤੇ ਬੋਲਣ ਦੀ ਕਿਉਂਕਿ ਸਾਹਮਣੇ ਹਜ਼ਾਰਾਂ ਹੀ ਬੰਦਾ ਬੈਠਾ ਹੁੰਦਾ ਸਟੇਜ 'ਤੇ ਬੁਲਾਰੇ ਦੇ ਮੂੰਹੋਂ ਕੀ ਨਿਕਲਦਾ ਉਹ ਲੋਕ ਗੱਲ ਸੁਣਦੇ ਆ ਪਰ ਜਿਹੜੀ ਮਰਿਆਦਾ ਇਹਨੇ ਅੱਜ ਭੰਗ ਕੀਤੀ ਆ ਸਾਡੀਆਂ ਸਾਡੇ ਭਰਾ ਨੂੰ ਸਾਡੀ ਭੈਣ ਨੂੰ ਔਰ ਬਰਾਦਰੀਆਂ ਨੂੰ ਜੋ ਕੁਛ ਇਹਨੇ ਕਿਹਾ ਉਹ ਮੈਂ ਸਮਝਦਾ ਕਿ ਦੁਨੀਆ ਸਾਹਮਣੇ ਅੱਜ ਦੁਨੀਆ ਵਿੱਚ ਥਾਂ ਥਾਂ 'ਤੇ ਮਜ਼ਾਰੇ ਹੋ ਰਹੇ ਆ ਥਾਂ ਥਾਂ 'ਤੇ ਪੁਤਲੇ ਸਾੜੇ ਗਏ ਆ ਔਰ ਅੱਜ ਵੀ ਇੱਥੇ
ਸੁਨਿਆਰਾ ਬਰਾਦਰੀ ਔਰ ਸਾਡੀ ਮਿਸਤਰੀ ਬਰਾਦਰੀ ਜਿਹੜੀ ਆ ਔਰ ਸਾਰਾ ਹੀ ਭਾਈਚਾਰਾ ਇੱਥੇ ਇਕੱਠਾ ਹੋ ਕੇ ਅੱਜ ਇਸ ਲਾਲਜੀਤ ਮੰਤਰੀ ਦਾ ਜਿਹੜਾ ਪੁਤਲਾ ਅਸੀਂ ਫੂਕਿਆ ਔਰ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਮੇਰੀ ਪਾਰਟੀ ਨੂੰ ਬੇਨਤੀ ਕਰਦੇ ਹਾਂ, ਮਾਨ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਮਾਫ਼ੀ ਮੰਗੋ ਕਿ ਕਿਹੋ ਜਿਹਾ ਮੰਤਰੀ ਕਿਹੋ ਜਿਹੇ ਉਮੀਦਵਾਰ ਸਾਨੂੰ ਪਾਰਲੀਮੈਂਟ ਵਿੱਚ ਦਿੱਤੇ ਆ ਜਿਹੜੇ ਕਿ ਪਾਰਲੀਮੈਂਟ ਦੇ ਵਿੱਚ ਜਾ ਕੇ ਇਹੋ ਜਿਹੜੇ ਇੱਥੇ ਗੁੱਲ ਫੈਲਾਉਂਦੇ ਆ ਉਹ ਪਾਰਲੀਮੈਂਟ ਜਾ ਕੇ ਕਿਹੋ ਜਿਹੇ ਗੁੱਲ ਫੈਲਾਉਣਗੇ। ਪਰ ਮੈਂ ਸਮਝਦਾ ਕਿ ਲੋਕਾਂ ਨੇ 4 ਤਰੀਕ ਨੂੰ 1 ਜੂਨ ਨੂੰ 4 ਨੂੰ ਤਾਂ ਰਿਜ਼ਲਟ ਆਉਣਾ, 1 ਜੂਨ ਨੂੰ ਲੋਕਾਂ ਨੇ ਦੱਸ ਦੇਣਾ ਕਿ ਆਟੇ ਦਾਲ ਦਾ ਭਾਅ ਕੀ ਆ, ਕਿਵੇਂ ਕਿਸੇ ਬਰਾਦਰੀ ਨੂੰ ਮਾੜਾ ਚੰਗਾ ਬੋਲੀਦਾ, ਕਿਵੇਂ ਕਿਸੇ ਭੈਣ ਭਰਾਵਾਂ ਨੂੰ ਮਾੜਾ ਚੰਗਾ ਬੋਲੀਦਾ, ਕਿਵੇਂ ਕਿਸੇ ਭੈਣਾਂ ਦੀ ਇੱਜ਼ਤ ਕਰੀਦੀ ਆ, ਵੱਡਿਆਂ ਦੀ ਕਿਵੇਂ ਸਤਿਕਾਰ ਕਰੀਦਾ, ਇਹ ਲੋਕ ਇਹਨੂੰ 4 ਤਰੀਕ ਨੂੰ ਜਦੋਂ ਰਿਜ਼ਲਟ ਆਇਆ ਉਦੋਂ ਦੱਸ ਦੇਣਗੇ। ਲਾਲਜੀਤ ਭੁੱਲਰ ਨੇ ਜਿਹੜੀ ਗਲਤ ਬਿਆਨਬਾਜ਼ੀ ਕੀਤੀ ਆ ਇਹਦੇ ਵਿਰੋਧ ਦੇ ਵਿੱਚ ਅਸੀਂ ਰੱਜ ਕੇ ਵਿਰੋਧ ਕਰਾਂਗੇ। ਸਾਰੇ ਭਰਾ ਖੇਮ ਕਰਨ ਦੇ ਸੁਨਿਆਰਾ ਭਾਈਚਾਰਾ ਮਿਸਤਰੀ ਭਾਈਚਾਰਾ ਅਸੀਂ ਇਹਦਾ ਰੱਜ ਕੇ ਵਿਰੋਧ ਕਰਾਂਗੇ, ਜਾ ਕੇ ਅਮਰਕੋਟ ਚੌਂਕ ਦੇ ਵਿੱਚ ਇਹਦਾ ਪੁਤਲਾ ਵੀ ਸਾੜਾਂਗੇ। ਮਾਫ਼ੀ ਤਾਂ ਜੀ ਕੋਈ ਵੀ ਗਲਤ ਬੋਲ ਕੇ ਮੰਗ ਲੂਗਾ, ਮਾਫ਼ੀ ਮੰਗਿਆ ਕੀ ਹੁੰਦਾ, ਕਿਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਵਾਂਗੇ ਅਸੀਂ, ਭਲਕੇ ਹੋਰ ਵੀ ਕਿਸੇ ਭਰਾ ਨੂੰ ਮਾੜਾ ਬੋਲੂਗਾ। ਜਿਹੜੀਆਂ ਆਉਣ ਵਾਲੀਆਂ ਇਲੈਕਸ਼ਨ ਆ ਉਹਦੇ ਵਿੱਚ ਫਿਰ ਤੁਸੀਂ ਕੀ ਕਰੋਗੇ? ਭਾਜੀ ਇਹਨੂੰ ਇੱਥੇ ਵੜ ਨਹੀਂ ਦੇਵਾਂਗੇ, ਅਸੀਂ ਇਹਦਾ ਰੱਜ ਕੇ ਵਿਰੋਧ ਕਰਾਂਗੇ, ਹਰ ਥਾਂ ਕਰਾਂਗੇ, ਜਿੱਥੇ ਵੀ ਆਊਗਾ ਇਹਦਾ ਵਿਰੋਧ ਕਰਾਂਗੇ। ਨਾ ਅਸੀਂ ਉਲਟੋਏ ਵੜਨ ਦੇਵਾਂਗੇ, ਨਾ ਅਸੀਂ ਖੇਮ ਕਰਨ ਵੜਨ ਦੇਵਾਂਗੇ। ਲਾਗੇ ਬੰਨੇ ਪਿੰਡਾਂ ਨੂੰ ਸਾਰੇ ਭਰਾਵਾਂ ਨੂੰ ਬੇਨਤੀ ਆ, ਇਹ ਸਾਡੇ ਸੁਨਿਆਰੇ ਭਰਾ ਅਤੇ ਸਾਡੇ ਮਿਸਤਰੀ ਭਰਾ, ਇਹਨਾਂ ਨੂੰ ਕਿਤੇ ਵੜਨ ਨਾ ਦੇਣ ਜਿੱਥੇ ਜਿੱਥੇ ਵੀ ਹੈਗੇ ਆ, ਜਿਨ੍ਹਾਂ ਨੂੰ ਪਤਾ ਲੱਗੇ ਵੀ ਕਿਸ ਤਰ੍ਹਾਂ ਕਿਸੇ ਨੂੰ ਗਲਤ ਬਿਆਨਬਾਜ਼ੀ ਕਰੀਦੀ ਆ। ਮੰਗ ਸਾਡੀ ਕੋਈ ਨਹੀਂ ਜੀ, ਅਸੀਂ ਇਹਨਾਂ ਦਾ ਵਿਰੋਧ ਕਰਾਂਗੇ, ਜਿਹੜਾ ਕਾਰਵਾਈ ਕਰਾਵਾਂਗੇ। ਸ਼ਾਮੀ 3 ਵਜੇ ਸਾਰੇ ਭਰਾ ਅਤੇ ਸਾਡਾ ਸਾਥ ਦੇਣ, ਇਹਨਾਂ ਨੂੰ ਪਤਾ ਲੱਗੇ ਵੀ ਕਿਸ ਤਰ੍ਹਾਂ ਗਲਤ ਬਿਆਨਬਾਜ਼ੀ ਕੀਤੀ ਜਾਂਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਮੇਰੀ ਫਤਿਹ।